ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਪਸੰਦ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜੋ ਤੁਹਾਡੇ ਤੱਕ ਪਹੁੰਚੇ। ਹਾਂਜੀ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਉਹ 7861 96625। ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ, ਟਰੈਕਟਰ, ਕਾਰ, ਜੀਪ, ਗੱਡੀ, ਬਕਾਊ ਹੈ, ਉਹਦੀ ਕਿਸੇ ਵੀ ਚੀਜ਼ ਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ 'ਤੇ ਲਗਾਉਣਾ ਚਾਹ ਰਹੇ ਹੋ, ਉਸ ਦੀਆਂ 5 ਤੋਂ 6 ਫੋਟੋਆਂ ਆ ਕੇ ਬਾਕੀ ਬਣਨ ਦੀ ਜਾਣਕਾਰੀ ਸਾਡੇ ਇਸੇ ਨੰਬਰ 'ਤੇ ਭੇਜ ਕੇ ਆਪਦੀ ਬਿਲਕੁਲ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਆਲਟੋ LXi ਬਾਰੇ। ਇਹ ਗੱਡੀ ਵੀਰੋ 2008 ਮਾਡਲ ਹੈ, ਟਾਇਰਾਂ ਦੀ ਕੰਡੀਸ਼ਨ, ਚਾਰੇ ਟਾਇਰ ਬਿਲਕੁਲ ਨਵੇਂ ਨੇ, ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਅਤੇ ਵਧੀਆ ਪੱਕੇ ਟਾਇਰ ਨੇ, ਬਾਕੀ ਅਲੋਏ ਵੀਲ ਵਗੈਰਾ ਲੱਗੇ ਹੋਏ ਨੇ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਸਾਰੀ ਗੱਡੀ। ਨਿਊ ਬੈਟਰੀ ਹੈ, ਸਰਵਿਸ ਵਗੈਰਾ ਹੋਈ ਹੈ ਸਾਰੀ ਗੱਡੀ ਦੀ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ। ਬਾਕੀ ਬੰਪਰ ਵਗੈਰਾ ਜੋ ਕਾਲਿਆਂ ਤੋਂ ਚਿੱਟੇ ਕੀਤੇ ਹੋਏ ਨੇ, ਰੰਗ ਪੇਂਟ ਕਰਾਇਆ ਹੋਇਆ, ਬਾਕੀ ਸਾਰਾ ਓਰੀਜਨਲ ਰੰਗ ਪੇਂਟ ਹੈ, ਬਾਕੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਗੱਡੀ। ਅਤੇ ਸੀਟ ਕਵਰ ਵਗੈਰਾ ਨਿਊ ਨੇ, ਮੈਟਿੰਗ ਵਗੈਰਾ ਹੋਈ ਹੈ ਸਾਰੀ, ਅਤੇ ਫਲੋਰਿੰਗ ਵਗੈਰਾ ਸਾਰੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੋਈ ਹੈ। ਸੋਨੀ ਦੀ ਬੇਸ ਰੱਖੀ ਹੋਈ ਹੈ ਪੂਰੀ ਵਧੀਆ ਕੰਡੀਸ਼ਨ ਦੀ, 91,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਸਾਰੀ। ਅਤੇ ਬਾਕੀ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ। ਗੱਡੀ ਦੇ ਮਾਲਕ ਵੀਰ ਵੱਲੋਂ ਸਾਰੀ ਗੱਡੀ ਦੀ ਫੁੱਲ ਗਰੰਟੀ ਹੈ, ਅਤੇ ਬਾਕੀ ਹਰਿਆਣਾ ਨੰਬਰ ਹੈ ਗੱਡੀ, NOC ਵਗੈਰਾ ਕਟਾ ਕੇ ਦੇਣਗੇ ਵੀਰ, ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਪੂਰੇ ਨੇ ਗੱਡੀ ਦੇ। ਅਤੇ ਬਾਕੀ ਸਰਵਿਸ ਵਗੈਰਾ ਹੋਈ ਹੈ ਗੱਡੀ ਦੀ, ਹੈੱਡਲਾਈਟਸ ਵਗੈਰਾ ਨੇ ਗੱਡੀ ਦੀ ਉਹ ਨਵੀਆਂ ਪਵਾਈਆਂ ਹੋਈਆਂ ਨੇ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਾਰੀ ਗੱਡੀ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ। ਬਾਕੀ ਗੱਡੀ ਦੇ ਮਾਲਕ ਵੀਰ ਨੇ ਵੀਰੋ ਰੇਟ ਰੱਖਿਆ ਗੱਡੀ ਦਾ, ਉਹ 1,50,000 ਰੁਪਇਆ, ਬਾਕੀ ਮੌਕੇ 'ਤੇ ਘੱਟ ਹੋ ਜੂਗਾ। ਅਤੇ ਵੀਰ ਦਾ ਏਰੀਆ ਜੋ ਪਿੰਡ ਦਿੜਵਾ ਜੋ ਕਿ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪੈਂਦਾ ਹੈ, ਬਾਕੀ ਵੀਰ ਦਾ ਮੋਬਾਈਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ। ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਗੱਡੀ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ। ਹਾਂਜੀ ਵੀਰੋ, ਆਪਣੀ ਵੀਡੀਓ ਚੱਲਦੀ ਚੱਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਤਾਂ ਕਿ ਜਿਹੜਾ ਵੀਰਾਂ ਦਾ ਹਾਲੇ ਤੱਕ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਨਹੀਂ ਪਹੁੰਚੀ, ਉਹਨਾਂ ਤਾਂ ਜਲਦ ਤੋਂ ਜਲਦ ਵੀਡੀਓ ਪਹੁੰਚ ਸਕੇ। ਅਤੇ ਨਾਲ ਹੀ ਨਾਲ ਆਪਾਂ ਵੱਧ ਤੋਂ ਵੱਧ ਤੁਹਾਡੇ ਲਈ ਚੰਗੀਆਂ ਵੀਡੀਓ ਲੈ ਕੇ ਆਉਂਦੇ ਰਹੀਏ, ਇਸ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜ਼ਰੂਰ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰ ਰਹੇ ਦੂਸਰੀ ਆਲਟੋ ਗੱਡੀ ਬਾਰੇ। ਇਹ ਆਲਟੋ ਗੱਡੀ ਵੀਰੋ 2009 ਮਾਡਲ ਹੈ, ਰੈੱਡ ਕਲਰ ਦੇ ਵਿੱਚ, ਅਤੇ ਟਾਇਰਾਂ ਦੀ ਕੰਡੀਸ਼ਨ, ਅਗਲੇ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ, ਮਗਲੇ ਟਾਇਰ 50 ਪੈਸੇ ਨੇ, ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਗੱਡੀ। ਇੰਜਨ ਗੇਅਰ ਦੀ ਓਕੇ ਹੈ ਸਾਰੀ, 72,000 ਕਿਲੋਮੀਟਰ ਚੱਲੀ ਹੋਈ ਹੈ ਗੱਡੀ, ਆਲ ਓਰੀਜਨਲ ਰੰਗ ਪੇਂਟ ਵਗੈਰਾ ਕੋਈ ਰੰਗ ਪੇਂਟ ਨਹੀਂ ਹੋਇਆ ਗੱਡੀ ਨੂੰ, ਅਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਸਰਵਿਸ ਵਗੈਰਾ ਹੋਈ ਹੈ ਸਾਰੀ, ਸੀਟ ਕਵਰ ਵਗੈਰਾ ਨਿਊ ਨੇ, ਮੈਟਿੰਗ ਵਗੈਰਾ ਹੋਈ ਹੈ ਗੱਡੀ ਦੇ ਵਿੱਚ, ਹਰਿਆਣਾ ਨੰਬਰ ਹੈ ਗੱਡੀ, ਕਾਗਜ਼ ਪੱਤਰ ਵਗੈਰਾ ਸਾਰੇ ਪੂਰੇ ਨੇ ਗੱਡੀ ਦੇ, ਬਾਕੀ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਗੱਡੀ ਨੂੰ ਖਰੀਦ ਸਕਦੇ ਹੋ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਅਤੇ ਬਾਕੀ ਗੱਡੀ ਦੇ ਅੰਦਰੋਂ ਕੰਡੀਸ਼ਨ ਦੀ ਗੱਲ ਕਰੀਏ ਆਪਾਂ, ਮੈਟਿੰਗ ਵਗੈਰਾ ਸਾਰੀ, ਸੀਟ ਕਵਰ ਵਗੈਰਾ ਹੋਏ ਨੇ ਨਵੇਂ, ਅਤੇ ਬਾਕੀ ਮਿਊਜ਼ਿਕ ਸਿਸਟਮ ਵਗੈਰਾ ਵਧੀਆ ਕੰਡੀਸ਼ਨ ਦੇ ਚੱਲਦਾ, AC ਵਗੈਰਾ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ, ਬਾਕੀ ਕਿਸੇ ਪ੍ਰਕਾਰ ਦੀ ਕੋਈ ਇੰਜਨ ਦੇ ਵਿੱਚ ਲੀਕੇਜ ਵਗੈਰਾ ਨਹੀਂ ਹੈਗੀ, ਇੰਜਨ ਵਗੈਰਾ ਵੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪਿਆ। ਗੱਡੀ ਦੇ ਮਾਲਕ ਵੀਰ ਨੇ ਵੀਰੋ ਰੇਟ ਰੱਖਿਆ ਗੱਡੀ ਦਾ 1,10,000 ਰੁਪਇਆ। ਅਤੇ ਵੀਰ ਦਾ ਏਰੀਆ ਜੋ ਉਹ ਡਿਸਟ੍ਰਿਕਟ ਮਾਨਸਾ ਦੇ ਜਨੀਰ ਪਿੰਡ ਹੈ ਵੀਰ ਦਾ। ਅਤੇ ਬਾਕੀ ਵੀਰ ਦਾ ਮੋਬਾਇਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਉੱਥੋਂ ਨੋਟ ਕਰਕੇ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ। ਅਤੇ ਬਾਕੀ ਬੈਂਟਰੀ ਵਗੈਰਾ ਤੁਸੀਂ ਦੇਖ ਸਕਦੇ ਹੋ, ਮਰੋਨ ਦੀ ਬੈਂਟਰੀ ਰੱਖੀ ਹੋਈ ਹੈ, ਅਤੇ ਬਾਕੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਸਾਰੀ ਗੱਡੀ, ਰੰਗ ਪੇਂਟ ਵਗੈਰਾ ਵੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ। ਹਾਂਜੀ ਵੀਰੋ, ਜਿਹੜੇ ਵੀਰ ਹਾਲੇ ਤੇ ਆਪਣੇ ਚੈਨਲ 'ਤੇ ਨਵੇਂ ਨੇ, ਆਪਣੀ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਹ 'ਤੇ ਕਲਿੱਕ ਕਰਕੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ, ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੇ, ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਜੀਪ ਬਾਰੇ। ਇਹ ਵੀਰੋ ਓਰੀਜਨਲ ਜੀਪ ਹੈ ਜੋ ਸ਼ੁਰੂ ਦੇ ਵਿੱਚ ਓਰੀਜਨਲ ਆਉਂਦੀਆਂ ਸੀਗੀਆਂ, ਅਤੇ ਜੀਪ ਵਾਲੀਆਂ ਕੰਪਨੀ ਦੇ ਓਰੀਜਨਲ ਜੀਪ ਪਹੁੰਚ ਹੋ ਜੀਪ ਹੈ ਇਹ, ਬਾਕੀ ਦੁਬਾਰਾ ਤਿਆਰ ਕਰਵਾਈ ਹੋਈ ਹੈ ਜੀਪ ਇਹ। 2003 ਮਾਡਲ ਜੀਪ ਹੈ ਇਹ, ਟਾਇਰਾਂ ਦੀ ਕੰਡੀਸ਼ਨ, ਚਾਰੇ ਟਾਇਰ ਬਿਲਕੁਲ ਨਵੇਂ ਨੇ ਜੀਪ ਦੇ, 5 ਟਾਇਰ, ਅਤੇ ਬਾਕੀ ਇੰਜਨ ਗੇਅਰ ਦੀ ਓਕੇ ਹੈ ਜਮਾਂ ਜੀਪ। ਅਤੇ ਬਲੈਰੋ ਵਾਲਾ ਇੰਜਨ ਰੱਖਿਆ ਹੋਇਆ ਜੀਪ ਦੇ ਵਿੱਚ, 5 ਗੇਅਰ ਵਾਲੀ ਜੀਪ ਹੈ ਇਹ, ਨਿਊ ਬੈਂਟਰੀ ਹੈ ਜੀਪ ਦੇ ਵਿੱਚ, ਅਤੇ ਬਾਕੀ ਪੰਜਾਬ ਦੇ ਵਿੱਚ ਨਾ ਹੋਈ ਹੋਈ ਹੈ, ਅਤੇ ਦੁਬਾਰਾ ਸਾਰੀ ਤਿਆਰ ਕਰਵਾਈ ਹੋਈ ਹੈ, ਰੰਗ ਪੇਂਟ ਵਗੈਰਾ ਤੁਸੀਂ ਦੇਖ ਸਕਦੇ ਸਾਰਾ ਦੁਬਾਰਾ ਹੋਇਆ, ਸੀਟ ਕਵਰ ਵਗੈਰਾ ਪੂਰੇ ਵਧੀਆ ਚੜਾਏ ਹੋਏ ਨੇ, ਪੂਰੀ ਵਧੀਆ ਅੰਦਰੋਂ ਸਾਫ਼ ਤਰ੍ਹਾਂ ਤਿਆਰ ਕਰਾਈ ਹੋਈ ਹੈ, ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੋਇਆ ਵਿੱਚ। ਅਤੇ ਬਾਕੀ ਜੀਪ ਦੀ ਸਰਵਿਸ ਵਗੈਰਾ ਹੋਈ ਹੈ ਸਾਰੀ, ਤੁਸੀਂ ਜੀਪ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ, ਕਿਸੇ ਪ੍ਰਕਾਰ ਦੀ ਜੀਪ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਜੀਪ ਦੇ ਮਾਲਕ ਵੀਰ ਨੇ ਵੀਰੋ ਰੇਟ ਰੱਖਿਆ ਜੀਪ ਦਾ 2,00,000 ਰੁਪਇਆ। ਅਤੇ ਵੀਰ ਦਾ ਏਰੀਆ ਜੋ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ, ਭਿੱਖੀਵਿੰਡ ਪਿੰਡ ਆ ਉਹਨਾਂ ਦਾ। ਅਤੇ ਬਾਕੀ ਵੀਰ ਦਾ ਮੋਬਾਈਲ ਨੰਬਰ ਆਇਓ
ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਉੱਥੋਂ ਨੋਟ ਕਰਕੇ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਜੀਪ ਨੂੰ ਖਰੀਦ ਸਕਦੇ ਹੋ ਅਤੇ ਬਾਕੀ ਜੀਪ ਦੀ ਅੰਦਰੋਂ ਕੰਡੀਸ਼ਨ ਵਗੈਰਾ ਸਾਰੀ ਦੇਖ ਸਕਦੇ ਹੋ, ਮੀਟਰ ਵਗੈਰਾ ਸਾਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਅਤੇ ਬਾਕੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪਈ ਹੈ ਸਾਰੀ ਅੰਦਰੋਂ ਵਧੀਆ, ਸਾਰੀ ਮੈਟਿੰਗ ਮੂਟਿੰਗ ਵਗੈਰਾ ਪੂਰੀ ਵਧੀਆ ਹੋਈ ਹੈ ਅਤੇ ਸੀਟ ਕਵਰ ਵਗੈਰਾ ਪੂਰੇ ਵਧੀਆ ਚੜ੍ਹੇ ਹੋਏ ਨੇ ਅਤੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਹਾਂਜੀ ਵੀਰੋ, ਜੋ ਤੁਸੀਂ ਕੋਈ ਵੀ ਚੀਜ਼ ਚੈਨਲ ਤੋਂ ਆਪਣੀ ਐਡ ਦੇਖ ਕੇ ਖਰੀਦਦੇ ਹੋ ਤਾਂ ਉਹਦੇ ਪਹਿਲਾਂ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜੋ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਵੀ ਡਾਕੂਮੈਂਟਸ ਜਾਂ ਕਾਗਜ਼ ਪੱਤਰਾਂ 'ਚ ਕੋਈ ਪ੍ਰੋਬਲਮ ਨਾ ਆਵੇ, ਇਸ ਕਰਕੇ ਪਹਿਲੇ ਸਾਰੀ ਡਾਕੂਮੈਂਟ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੋ। ਅਤੇ ਤੁਹਾਨੂੰ ਜੇ ਵੀਡੀਓ ਚੰਗੀ ਲੱਗ ਰਹੀ ਤਾਂ ਇੱਕ ਲਾਈਕ ਦਾ ਬਟਨ ਜ਼ਰੂਰ ਦੇ ਕੇ ਜਾਇਓ ਅਤੇ ਕਮੈਂਟ ਬਾਕਸ ਦੇ ਚੰਗਾ ਕਮੈਂਟ ਵੀ ਜ਼ਰੂਰ ਛੱਡਿਓ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਥਾਰ ਬਾਰੇ। ਇਹ ਗੱਡੀ ਵੀਰੋ 1994 ਮਾਡਲ ਹੈ। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਟਾਇਰ ਨੇ, ਸਾਫ਼ ਸੁਥਰੇ ਵਧੀਆ ਕੰਡੀਸ਼ਨ 'ਚ ਨਿਊ ਟਾਇਰ ਨੇਗੇ। ਲੋਏ ਵੀਲ ਵਗੈਰਾ ਲੱਗੇ ਹੋਏ ਨੇ ਥਾਰ ਨੂੰ ਅਤੇ ਸਰਵਿਸ ਵਗੈਰਾ ਹੋਈ ਹੈ ਸਾਰੀ ਇਹਦੀ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਾਰੀ, ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ, ਕੋਈ ਇੰਜਨ 'ਚ ਲੀਕੇਜ ਵਗੈਰਾ ਨਹੀਂ ਹੈਗੀ। ਅਤੇ ਬਾਕੀ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਥਾਰ ਨੂੰ ਖਰੀਦ ਸਕਦੇ ਹੋ। ਇੰਜਨ ਗੇਅਰ ਦੀ ਜਮ੍ਹਾਂ ਓਕੇ ਹੈ ਸਾਰੀ, ਪੰਜਾਬ ਨੰਬਰ ਥਾਰ ਹੈ, ਕਾਗਜ਼ ਪੱਤਰ ਵਗੈਰਾ ਸਾਰੇ ਪੂਰੇ ਨੇ ਇਹਦੇ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਅਤੇ ਆਲ ਓਰਿਜਨਲ ਪਈ ਆ, ਕੋਈ ਰੰਗ ਪੇਂਟ ਨਹੀਂ ਹੋਇਆ, ਓਰਿਜਨਲ ਰੰਗ ਪੇਂਟ ਪਿਆ ਸਾਰਾ। ਅਤੇ ਬਾਕੀ ਅੰਦਰੋਂ ਮੈਟਿੰਗ ਵਗੈਰਾ ਸੀਟ ਕਵਰ ਵਗੈਰਾ ਪੂਰੇ ਵਧੀਆ ਕੰਡੀਸ਼ਨ ਦੇ ਵਿੱਚ ਨੇ ਸਾਰੇ, ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ ਹੋਈ ਅੰਦਰੋਂ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਈ ਅੰਦਰੋਂ ਸਾਰੀ, ਕਾਗਜ਼ ਪੱਤਰ ਵਗੈਰਾ ਸਾਰੇ ਪੂਰੇ ਨੇ। ਅਤੇ ਬਾਕੀ ਵੀਰਾਂ ਦਾ ਏਰੀਆ ਜੋ ਉਹ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਤੁੰਗਾ ਉਹਨਾਂ ਦਾ ਪਿੰਡ ਹੈਗਾ। ਅਤੇ ਬਾਕੀ ਵੀਰ ਨੇ ਰੇਟ ਰੱਖਿਆ ਥਾਰ ਦਾ 1,25,000 ਰੁਪਇਆ। ਬਾਕੀ ਵੀਰ ਦਾ ਜੋ ਮੋਬਾਈਲ ਨੰਬਰ ਹੈ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋਹਰ ਹੈ, ਉੱਥੋਂ ਨੋਟ ਕਰਕੇ ਵੀਰਾਂ ਨਾਲ ਤੁਸੀਂ ਕੰਟੈਕਟ ਕਰਕੇ ਥਾਰ ਨੂੰ ਖਰੀਦ ਸਕਦੇ ਹੋ। ਅਤੇ ਜੇ ਕੋਈ ਥਾਰ ਸੰਬੰਧੀ ਹੋਰ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਇਹਨਾਂ ਵੀਰਾਂ ਨਾਲ ਕੰਟੈਕਟ ਕਰਕੇ ਇਸੇ ਨੰਬਰ 'ਤੇ ਹੋਰ ਕੋਈ ਜਾਣਕਾਰੀ ਵੀ ਉਹਨਾਂ ਤੋਂ ਲੈ ਸਕਦੇ ਹੋ। ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਖੜੀ ਹੈ ਸਾਰੀ ਥਾਰ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਸਾਰੇ ਕਾਗਜ਼ ਪੱਤਰ ਵਗੈਰਾ ਓਕੇ ਨੇ, ਬਾਕੀ ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ, ਕੋਈ ਲੀਕੇਜ ਵਗੈਰਾ ਨਹੀਂ ਹੈਗੀ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਬਲੈਰੋ ਗੱਡੀ ਬਾਰੇ। ਇਹ ਬਲੈਰੋ ਗੱਡੀ 2016 ਮਾਡਲ ਹੈ। ਟਾਇਰਾਂ ਦੀ ਕੰਡੀਸ਼ਨ 90 ਪੈਸੇ ਟਾਇਰ ਪਏ ਨੇ ਬਲੈਰੋ ਦੇ, ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਅਤੇ ਫਸਟ ਓਨਰ ਹੈ, ਪਹਿਲੇ ਮਾਲਕ ਵੀਰ ਕੋਲ ਹੈ ਅਤੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ। ਬਿਲਕੁਲ 22,000 ਕਿਲੋਮੀਟਰ ਸਾਰੀ ਚੱਲੀ ਹੋਈ ਹੈ ਗੱਡੀ। ਅਤੇ ਬਾਕੀ ਦੋ ਸਰਵਿਸ ਆ ਏਜੰਸੀ ਰਿਕਾਰਡ ਦੇ ਅਨੁਸਾਰ ਹੋਈਆਂ ਨੇ, ਇੱਕ ਸਰਵਿਸ ਫ੍ਰੀ ਵਾਲੀ ਪਈ ਹੈ ਗੱਡੀ ਦੀ। ਅਤੇ ਬਾਕੀ ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਪੂਰੇ ਨੇ ਗੱਡੀ ਦੇ, ਹਰਿਆਣਾ ਨੰਬਰ ਹੈ ਇਹ। ਅਤੇ ਬਾਕੀ ਮਿਊਜ਼ਿਕ ਸਿਸਟਮ ਵਗੈਰਾ ਪੂਰਾ ਵਧੀਆ, ਐਂਪ ਵਗੈਰਾ ਲੱਗਿਆ ਹੋਇਆ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਾਰੀ। ਇੰਸ਼ੋਰੈਂਸ ਵਗੈਰਾ ਫੁੱਲ ਇੰਸ਼ੋਰੈਂਸ ਹੋਇਆ ਸਾਰਾ, ਕਾਗਜ਼ ਪੱਤਰ ਓਕੇ ਨੇ। ਬਾਕੀ ਤੁਸੀਂ ਗੱਡੀ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ, ਕਿਸੇ ਪ੍ਰਕਾਰ ਦੀ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸਾਰੀ। ਹਾਂਜੀ ਵੀਰੋ, ਸਟਿੱਪਣੀ ਵਗੈਰਾ ਦੀ ਗੱਲ ਕਰੀਏ, ਅਨਯੂਜ ਸਟਿੱਪਣੀ ਹੈ, ਹਾਲੇ ਤੱਕ ਇੱਕ ਵਾਰੀ ਵੀ ਯੂਜ ਨਹੀਂ ਹੋਈ ਸਟਿੱਪਣੀ। ਅਤੇ ਬਾਕੀ ਹਾਲੇ ਜੋ ਗੱਡੀ ਹੈ ਅੰਦਰੋਂ ਕੰਡੀਸ਼ਨ ਸਾਰੀ ਓਕੇ ਪਈ ਹੈ, ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ, ਸੀਟ ਸੂਟ ਕਵਰ ਵਗੈਰਾ ਸਾਰੇ ਬਿਲਕੁਲ ਓਕੇ ਨੇਗੇ। ਅਤੇ ਬਾਕੀ ਬਾਲਕ ਵੀਰਾਂ ਦਾ ਏਰੀਆ ਜੋ ਉਹ ਡਿਸਟ੍ਰਿਕਟ ਸਰਸਾ ਦੇ ਵਿੱਚ ਡੱਬ ਵਾਲੀ ਮੰਡੀ ਉਹਨਾਂ ਦਾ ਏਰੀਆ ਹੈਗਾ। ਅਤੇ ਵੀਰਾਂ ਨੇ ਰੇਟ ਰੱਖਿਆ ਗੱਡੀ ਦਾ 7,60,000 ਰੁਪਇਆ, ਬਾਕੀ ਮੌਕੇ 'ਤੇ ਘੱਟ ਹੋ ਜੂਗਾ। ਅਤੇ ਵੀਰ ਦਾ ਮੋਬਾਈਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋਹਰ ਹੈ, ਉੱਥੋਂ ਨੋਟ ਕਰਕੇ ਵੀਰਾਂ ਨਾਲ ਤੁਸੀਂ ਕੰਟੈਕਟ ਕਰਕੇ ਇਹ ਬਲੈਰੋ ਗੱਡੀ ਨੂੰ ਖਰੀਦ ਸਕਦੇ ਹੋ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਸਾਰੀ ਓਰਿਜਨਲ ਕੰਡੀਸ਼ਨ ਦੇ ਵਿੱਚ ਪਈ ਹੈ, ਕੋਈ ਬਦਲਾਵ ਨਹੀਂ ਕੀਤਾ ਗਿਆ, ਸਾਰੇ ਪਾਰਟਸ ਵਗੈਰਾ ਓਰਿਜਨਲ ਨੇ ਗੱਡੀ ਦੇ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਕੋਈ ਚੇਂਜਸ ਨਹੀਂ ਹੈਗੇ। ਹਾਂਜੀ ਵੀਰੋ, ਜੇ ਕਿਸੇ ਪ੍ਰਕਾਰ ਦੀ ਕੋਈ ਵੀ ਕਿਸੇ ਵੀਰ ਦੀ ਡਿਮਾਂਡ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੇ। ਅਤੇ ਨਾਲ ਹੀ ਹੁਣ ਆਪਾਂ ਗੱਲ ਕਰਦੇ ਵੀਰੋ ਗੁੜ ਬਕਾਊ ਹੈਗਾ, ਦੇਸੀ ਘਰ ਦਾ ਗੁੜ ਬਕਾਊ ਹੈਗਾ, 70 ਰੁਪਏ ਕਿਲੋ ਇਹ ਗੁੜ ਬਕਾਊ ਹੈਗਾ। ਅਤੇ ਬਾਕੀ ਟਿੱਕੀਆਂ ਵਗੈਰਾ ਕੱਟ ਕੇ ਦਿੱਤੀਆਂ ਜਾਣਗੀਆਂ ਪੂਰੀਆਂ ਵਧੀਆ, ਅਤੇ ਇਹ ਗੁੜ ਵੀਰੋ ਸੁਕਾ ਕੇ ਫਿਰ ਟਿੱਕੀਆਂ ਕੱਟੀਆਂ ਜਾਂਦੀਆਂ ਨੇ, ਜ਼ਿਆਦਾ ਮੰਨ ਲਓ ਐਂ ਨਹੀਂ ਗਰਮ ਗਰਮ ਲਾ ਕੇ ਟਿੱਕੀਆਂ ਕੱਟੀਆਂ ਜਾਂਦੀਆਂ ਨੇ, ਬਿਲਕੁਲ ਸੁਕਾ ਕੇ ਪੂਰਾ ਵਧੀਆ ਟਿੱਕੀਆਂ ਕੱਟ ਕੇ ਦਿੱਤਾ ਜਾਂਦਾ। ਅਤੇ ਬਾਕੀ ਜੇ ਤੁਸੀਂ ਕਿਸੇ ਪ੍ਰਕਾਰ ਦਾ ਵੀ ਗੁੜ ਤਿਆਰ ਕਰਾਉਣਾ ਹੋਵੇ ਤਾਂ ਇਹਨਾਂ ਵੀਰਾਂ ਦੇ ਨਾਲ ਤੁਸੀਂ ਕੰਟੈਕਟ ਕਰਕੇ ਉਹ ਤਿਆਰ ਵੀ ਕਰਾ ਸਕਦੇ ਹੋ ਆਪਦਾ, ਬਾਕੀ ਬਿਲਕੁਲ ਵਧੀਆ ਕੰਡੀਸ਼ਨ 'ਚ ਤਿਆਰ ਕਰਿਆ ਕਰਾਇਆ ਮਿਲ ਜੂਗਾ। ਬਾਕੀ ਜੇ ਕਿਸੇ ਪ੍ਰਕਾਰ ਤੁਸੀਂ ਆਪਦਾ ਕੋਈ ਸਮਾਨ ਪਵਾਉਣਾ ਉਹ ਪਵਾ ਕੇ ਵੀ ਤਿਆਰ ਕਰਵਾ ਸਕਦੇ ਹੋਗੇ ਆਪਦਾ ਹੱਥੀਂ, ਅਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਗੁੜ ਤਿਆਰ ਕੀਤਾ ਜਾਂਦਾ ਇੱਥੇ ਦੇਸੀ ਘਰ ਦਾ ਪਿਓਰ। ਅਤੇ ਇਹਨਾਂ ਵੀਰਾਂ ਦਾ ਏਰੀਆ ਜੋ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਭਿੱਖੀ ਵੱਡ ਕੋਲ ਇਹਨਾਂ ਦਾ ਪਿੰਡ ਹੈ ਵੀਰਾਂ ਦਾ। ਅਤੇ ਬਾਕੀ ਵੀਰਾਂ ਦਾ ਮੋਬਾਇਲ ਨੰਬਰ ਹੈ ਜੋ ਉਹ ਇਸ ਸਮੇਂ ਸਕਰੀਨ 'ਤੇ ਨੀਚੇ ਸ਼ੋਰ ਹੈ, ਉੱਥੋਂ ਕੰਟੈਕਟ ਕਰਕੇ ਇਹਨਾਂ ਨੂੰ ਤੁਸੀਂ ਗੁੜ ਖਰੀਦ ਸਕਦੇ ਹੋ, 70 ਰੁਪਏ ਕਿਲੋ ਗੁੜ ਹੈਗਾ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਘਰ ਦਾ ਦੇਸੀ ਗੁੜ ਤਿਆਰ ਕੀਤਾ ਜਾਂਦਾ।
ਹਾਂਜੀ ਵੀਰੋ, ਜਿਹੜੇ ਵੀਰ ਹਲਦੇ ਆਪਣੇ ਚੈਨਲ 'ਤੇ ਨਵੇਂ ਨੇ, ਆਪਣੀ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਹ 'ਤੇ ਕਲਿੱਕ ਕਰਕੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ। ਨਾਲ ਦੀ ਬੈਲ ਦਾ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ। ਨਾਲ ਹੀ ਆਪਣੀ ਵੀਡੀਓ ਵੱਧ ਤੋਂ ਵੱਧ ਸਾਰੇ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰ ਦਿਉ, ਨਵੇਂ ਵੀਰ ਆਪਣਾ ਵੱਧ ਤੋਂ ਵੱਧ ਜੋੜੋ, ਅਤੇ ਨਾਲ ਹੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਧੰਨਵਾਦ ਵੀਰੋ।